हरि बिन तेरो को ना सहाय, तेरो को ना सहाय, हरि बिन तेरो को ना सहाय, तेरो को ना सहाय, तेरो को ना सहाय, तेरो को ना सहाय, तेरो को धन गुरु तेग बहादुर साहब महाराज सच्चे पातशाह जी सानू दलदरिया नूं सत्संग दी समत दित्ती है, सानू आलसियां नूं समत दित्ती है, सानू लापरवाहियां करन वालियां नूं समत दित्ती है, साडे भुलड़ां नूं समत दित्ती है, महाराज कहिंदे ने जिन्हों संगी बनाना सी उदा संग कीता नहीं, उन्हों संगी बनाया नहीं, ते जिदे नाल मोह नहीं लाना सी बस उदे मगर मगर तुरदा रहा, ते उन्हों संगी बनाता रहा, जिन्हें कम नहीं आया, जिन्हें कम नहीं आया। जिस शह ने हर पल साडे लई खड़े होना, जिस शह ने साडे लई हर पल खड़े होना, मैं एक लफ्ज बोल रहा, हर पल और ए नहीं कि इत्थे कित्ते भी, कित्ते भी। अगली पंक्ति च महाराज कहते काकी मात पिता सोत बनता, कहने काकी मात कादी मात ते हन सुन क्या बात है, सिद्धि काकी मात पिता सोत बनता, कादी मां कादा पिता कादा पुत्र कादी जनानी, इते जनानी नाल आप आदमी ला सकते, महाराज कहते को काउ को भाई कदा भाई, कहते ए उदों तक जद तक शरीर है, ते कई बारी तो इहदा शरीर नाल भी नहीं निभदे, इहदा शरीर नाल भी नहीं निभदे, आपां इक शहर तो दूजे शहर चले जाइए, ठीक है, एक देश तो दूजे देश चले जाइए, हुण उत्थे जाके बच्चा फस गया, बच्चे नूं तकलीफ हो गई, मां पहुंचेगी प्यो पहुंचेगा सुत बंदा पहुंचेगा जी, उत्थे बच्चा कोई क्राइम करके फस गया या झूठे इल्जाम च फस गया, हुण उहनूं सजा हो रही है, हुण दसो कौन बचाएगा, कौन बचाएगा, मारे कहते काकी मात पिता सुत बनता को काऊ को भाई, कहते हर बिन रहाओ दी पंक्तियां ने, कहते हर बिन तेरो जिन्हें नाल निभना सी उदा तो संग कीता नहीं, जिन्हें तेनू हर थां ते बचाना सी, यकीन जानना मां इत्थे है पुत्र दूसरे देश बैठे,
ਵਾਹਿਗੁਰੂ ਨਾ ਕਰੇ ਅਗਰ ਪੁੱਤਰ ਕਿਤੇ ਫਸ ਗਿਆ, ਮਾਂ ਉੱਥੇ ਪਹੁੰਚ ਕੇ ਨਹੀਂ ਬਚਾ ਸਕਦੀ। ਪਰ ਇੱਕ ਚੀਜ਼ ਧਿਆਨ ਰੱਖਿਓ, ਮਾਂ ਵੱਲੋਂ ਕੀਤਾ ਹੋਇਆ ਜਾਪ, ਮਾਂ ਵੱਲੋਂ ਪੜ੍ਹੀ ਹੋਈ ਬਾਣੀ, ਮਾਂ ਵੱਲੋਂ ਪੜ੍ਹਿਆ ਹੋਇਆ ਨਾਮ, ਜਪਿਆ ਹੋਇਆ ਨਾਮ ਆਪਣੇ ਬੱਚੇ ਵਾਸਤੇ, ਉਹ ਨਾਮ ਉੱਥੇ ਵਰਤ ਕੇ ਉਹਨੂੰ ਬਚਾ ਸਕਦਾ ਆ। ਕੋਈ ਸਤਨਾਮ ਬਚਾ ਸਕਦਾ। ਐਡੀ ਸ਼ਕਤੀ ਹੈ ਨਾਮ ਦੇ ਵਿੱਚ। ਭੀੜ ਕਿਤੇ ਪੈ ਰਹੀ ਹੈ, ਕਿਸੇ ਤੇ ਪੈ ਰਹੀ ਹੈ, ਕੋਈ ਕਿਤੇ ਬਹਿ ਕੇ ਨਾਮ ਜਪੇ, ਨਾਮ ਵਰਤਦਾ ਹੈ। ਮੈਨੂੰ ਅੱਜ ਵੀ ਇੱਕ ਛੋਟੀ ਜਿਹੀ ਗੱਲ ਯਾਦ ਹੈ, ਭੁੱਲਦੀ ਨਹੀਂ, ਬਹੁਤ ਪੁਰਾਣੀ ਗੱਲ ਹੈ। ਸਾਡੇ ਸਤਿਕਾਰਯੋਗ ਭੈਣ ਜੀ ਨੇ, ਆਪਾਂ ਕੈਨੇਡਾ ਵਾਲੇ ਭੈਣ ਜੀ ਕਹਿੰਦੇ, ਹੁਣ ਕੈਨੇਡਾ ਵੱਸਦੇ ਨੇ, ਉਹਨਾਂ ਦਾ ਪੁੱਤਰ ਹਰਪ੍ਰੀਤ ਸਿੰਘ ਡਾਕਟਰ ਹੈ ਫਿਜ਼ੀਓਥੈਰੇਪੀ ਦਾ, ਉੱਥੇ ਆਪਣਾ ਕੈਨੇਡਾ ਬੱਚਾ ਪੜ੍ਹਾਈ ਲਈ ਗਿਆ ਬਾਹਰ, ਆਪਣੇ ਮਾਮਾ ਜੀ ਕੋਲ ਠਹਿਰਿਆ ਹੋਇਆ ਸੀ, ਮਾਤਾ ਉਹਨਾਂ ਦੀ ਇੱਥੇ ਸੀ ਜੀ। ਉਹ ਇੱਦਾਂ ਹੀ ਸੰਗਤੀ ਭੈਣ ਬੜੇ ਹੋਏ ਨੇ, ਪਰ ਬਹੁਤ ਜ਼ਿਆਦਾ ਦਿੱਲੀ ਪਿਆਰ ਹੈ ਦਾਸ ਦੇ, ਬਹੁਤ ਜ਼ਿਆਦਾ ਪਿਆਰ ਹੈ ਉਹਨਾਂ, ਮੇਰੇ ਤੋਂ ਕਾਫੀ ਵੱਡੇ ਨੇ ਉਮਰ ਦੇ। ਬੱਚਾ ਉੱਥੇ ਸਾਧ ਸੰਗਤ ਬਿਮਾਰ ਹੋ ਗਿਆ, ਉਹ ਤਕਲੀਫ ਰਾਜੀ ਨਹੀਂ ਹੋ ਰਹੀ, ਡਾਕਟਰੀ ਇਲਾਜ ਚੱਲ ਰਿਹਾ, ਪਰ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਭੈਣ ਜੀ ਨੇ ਗੱਲ ਕੀਤੀ, ਕਹਿੰਦੇ ਵੀਰ ਜੀ ਕੀ ਕਰੀ, ਸਾਰੇ ਡਾਕਟਰ ਉਧਰ ਫਿਰ ਲਏ, ਸਾਰਾ ਚੈੱਕਅਪ ਹਰ ਚੀਜ਼, ਤੇ ਬੱਚਾ ਰਾਜੀ ਨਹੀਂ। ਮੈਂ ਕਿਹਾ ਇੱਥੇ ਬਹਿ ਜਾਓ, ਬੱਚੇ ਦੇ ਲਈ ਤੁਸੀਂ ਇੱਥੇ ਅੰਮ੍ਰਿਤਮਈ ਬਾਣੀ ਦਾ ਸੰਗ ਕਰੋ, ਜਾਪ ਕਰੋ। ਸੂਕੇ ਹਰੇ ਕੀਏ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ। ਆ ਸ਼ਬਦ ਨਾਲ ਇੱਕ ਜਾਪ ਹੋਰ, ਦੋ ਢਾਈ ਘੰਟੇ ਦਾ ਜਾਪ। ਮਾਂ ਇੱਧਰ ਬੈਠੀ, ਧਿਆਨ ਸੁਣਨਾ, ਮਾਂ ਇੱਧਰ ਬੈਠੀ ਹੈ, ਅੰਮ੍ਰਿਤ ਵੇਲੇ ਪੁਕਾਰਾਂ ਚੱਲ ਰਹੀਆਂ ਮਾਂ ਦੀਆਂ, ਬਾਣੀ ਕਿਸ ਕਰਕੇ ਕਿ ਮੇਰਾ ਬੱਚਾ ਰਾਜੀ ਹੋ ਜਾਵੇ। ਮਾਂ ਦੀ ਫੀਲਿੰਗ ਇੱਧਰ ਚੱਲਦੀ ਪਈ ਹੈ, ਮਾਂ ਦੀ ਬੰਦਗੀ ਇੱਧਰ ਚੱਲ ਰਹੀ ਹੈ, ਤੇ ਸਤਸੰਗ ਜਿਸ ਦਿਨ ਮਾਂ ਨੇ ਇੱਥੋਂ ਸ਼ੁਰੂ ਕੀਤਾ, ਉਸੀ ਦਿਨ ਤੋਂ ਉੱਥੇ ਉਹਨੂੰ ਬੱਚੇ ਨੂੰ ਫਰਕ ਪੈਣਾ ਸ਼ੁਰੂ ਹੋ ਰਿਹਾ। ਅਗੋ ਸਤਨਾਮ, ਉੱਥੇ ਫਰਕ ਪੈਣਾ ਸ਼ੁਰੂ ਹੋ ਰਿਹਾ। ਇਹਨੂੰ ਕੀ ਕਹੋਗੇ, ਕੀ ਕਹੋਗੇ? ਨਾਮ ਸਹਾਈ ਹੁੰਦਾ ਹੈ, ਫਿਰ ਇੱਥੇ ਹੀ ਨਹੀਂ ਉੱਥੇ। ਇਸ ਜਿੰਦ ਨੇ ਜਿੱਥੇ ਜਾਣਾ ਹੈ, ਜਿੱਥੇ ਕਰਮਾਂ ਦੇ ਲੇਖੇ ਹੋਏ, ਉੱਥੇ ਹੋਣਗੇ ਅਮਲਾਂ ਦੇ ਨਿਬੇੜੇ। ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਕਿਸੇ ਨੇ ਜਾਤ ਨਹੀਂ ਪੁੱਛਣੀ। ਸੱਸ ਤੂੰ ਕੌਣ ਸੀ, ਕਿੰਨੇ ਰੁਤਬੇ ਵਾਲਾ ਸੀ, ਕਿੰਨੇ ਮਰਬਿਆਂ ਵਾਲਾ ਸੀ, ਕਿੰਨੀਆਂ ਹਵੇਲੀਆਂ ਵਾਲਾ ਸੀ, ਕਿੰਨੀਆਂ ਗੱਡੀਆਂ ਵਾਲਾ ਸੀ, ਕੱਖ ਨਹੀਂ ਪੁੱਛਿਆ ਜਾਣਾ। ਉੱਥੇ ਤਾਂ ਅਮਲਾਂ ਦੇ ਹੋਣਗੇ, ਸਾਹਮਣੇ ਖਾਤੇ ਰੱਖੇ ਜਾਣਗੇ, ਘੜੀ ਘੜੀ ਕੱਲ ਲੇਖਾ ਮੰਗਿਆ, ਉੱਥੇ ਤਾਂ ਖਾਤੇ ਚੱਲੇ। ਕੀਤਾ ਕੀ ਤੂੰ, ਆ ਦੱਸ ਕੀਤਾ ਕੀ, ਤੈਨੂੰ ਭੇਜਿਆ ਕਿਸ ਵਾਸਤੇ ਸੀ, ਕਰਕੇ ਕੀ ਆਇਆ। ਕਈ ਵਾਰੀ ਆ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਕਰਾਈ, ਜਦੋਂ ਇਹ ਵਿਸ਼ਾ ਸੱਚ ਹੁੰਦਾ ਜ਼ਰੂਰ ਇਹ ਸ਼ਬਦ ਸਾਸ ਰਤਨ ਤਿਆਗ ਕੌਡੀ ਸੰਗਰਤ। ਆ ਸਾਡੀਆਂ ਹਰਕਤਾਂ ਨੇ, ਰਤਨ ਕੀ ਹੈ, ਵਾਹਿਗੁਰੂ ਜੀ ਦਾ ਨਾਮ, ਤੇ ਕੌਡੀ ਕੀ ਹੈ, ਆ ਆਪਾਂ ਟਕੇ ਟਕੇ ਦੇ ਪਿੱਛੇ ਭੱਜੀ ਫਿਰਦੇ ਹਾਂ ਸਤਸੰਗ, ਇਹ ਕੌਡੀ। ਰਤਨ ਤਿਆਗ ਕੌਡੀ ਸੰਗਰਚ, ਸਾਚ ਛੋੜ ਝੂਠ ਸੰਗਰਚ। ਸਾਚ ਛੱਡ ਛੱਡ, ਵਾਹਿਗੁਰੂ ਦਾ ਨਾਮ ਛੱਡ ਛੱਡ, ਨਿਤਨੇਮ ਛੱਡ ਛੱਡ, ਅੰਮ੍ਰਿਤ ਵੇਲਾ ਛੱਡ ਛੱਡ, ਝੂਠ ਤੇ ਮਗਰ ਤੁਰ ਪਿਆ। ਜਗ ਰਚਨਾ ਸਭ
ਹੁਣ ਤੁਸੀਂ ਕਹੋਗੇ ਕਿਹੜਾ ਝੂਠ? ਸਾਧ ਛੋੜ ਝੂਠ ਸੰਗ ਮਚਿਆ ਤੇ ਪਾਤਸ਼ਾਹ ਨੇ ਝੂਠ ਦੀ ਡੈਫੀਨੇਸ਼ਨ ਦਿੱਤੀ ਹੈ, ਜਗ ਰਚਨਾ ਸਭ ਜੋ ਵੇਖ ਰਿਹਾ ਸਭ ਝੂਠ, ਸਭ ਬਿਨਸਨਹਾਰ ਹੈ, ਜੋ ਬੁਝਿਓ ਸੋ ਬਿਨਸਨ ਭਰੋ ਆਜ ਕਹਿ ਸਭ ਝੂਠ। ਜੇ ਇਸ ਝੂਠ ਦੇ ਵਿੱਚ ਕੁਛ ਸੱਚ ਹੈ ਉਹ ਹੈ ਪਰਮੇਸ਼ਰ। ਜਿਹੜੀ ਚੀਜ਼ ਸਦੀਵੀ ਰਹਿਣ ਵਾਲੀ ਹੈ ਉਹ ਸੱਚ ਹੈ। ਤਿੰਨ ਚੀਜ਼ਾਂ ਮਹਾਰਾਜ ਨੇ ਸਦੀਵੀ ਕਾਲ ਲਈ ਕਹਿ ਰਹੇ ਨੇ, ਨਾਮ ਰਿਹੋ, ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ, ਰਿਹੋ ਗੁਰੂ ਗੋਬਿੰਦ। ਡੇਢ ਸੌ ਸਾਲ ਦੇ ਕਰੀਬ ਸਤਸੰਗ ਜੀ ਬਾਬਾ ਨੰਦ ਸਿੰਘ ਜੀ, ਤਕਰੀਬਨ ਸੌ ਸਾਲ ਤੋਂ ਉੱਪਰ ਹੋ ਗਿਆ ਲਗਭਗ ਲਗਭਗ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਵਾਲ, ਮਤਲਬ ਸੌ ਡੇਢ ਸੌ ਸਾਲ ਲੰਘ ਚੁੱਕੇ ਨੇ, ਅੱਜ ਵੀ ਉਹ ਮਹਾਂਪੁਰਖ ਵਰਤਦੇ ਪਏ ਨੇ। ਆਹ ਕੋ ਸਤਨਾਮ ਵਰਤਦੇ ਪਏ, ਧੰਨ ਧੰਨ ਬਾਬਾ ਅਤਰ ਸਿੰਘ, ਧੰਨ ਧੰਨ ਬਾਬਾ ਮਾਰ ਨਾਮ ਸਿੰਘ, ਹੋਰ ਐਸੇ ਕਈ ਮਹਾਂਪੁਰਖ। ਉਹ ਕਿੱਥੇ ਗਏ? ਵਰਤਦੇ ਨਾਮ ਰਿਹੋ, ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ। ਮੇਰਾ ਗੁਰੂ ਤੇ ਮੇਰੇ ਰੱਬ ਰਹਿਣਗੇ, ਇਹ ਸੱਚ। ਜੁੜਨਾ ਸੀ ਸੱਚ ਦੇ ਨਾਲ, ਨਾਮ ਦੇ ਨਾਲ, ਬੰਦਗੀ ਦੇ ਨਾਲ, ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਸਤਿਗੁਰੂ ਜੀ ਦੇ ਨਾਲ ਜੁੜਨਾ ਸੀ। ਕਿਹਦੇ ਨਾਲ ਗੰਡ ਬੈਠੇ ਆਪਾਂ ਇੱਥੇ? ਇਹਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਤੋੜ ਕੇ ਬਹਿ ਜਾਈਏ, ਨਾ ਬਿਲਕੁਲ ਨਹੀਂ। ਪਰਿਵਾਰ 'ਚ ਰਹਿਣਾ, ਹੱਸਣਾ ਖੇਡਣਾ ਵਿਚਰਨਾ ਜੀ, ਰਿਸ਼ਤੇਦਾਰੀ 'ਚ ਹੱਸਣਾ ਖੇਡਣਾ ਜਾਣਾ ਆਉਣਾ, ਬਰਕਤ ਨਹੀਂ ਹੋ ਕੇ ਬਹਿ ਜਾਣਾ, ਵਿਹਲੜ ਹੋ ਕੇ ਨਹੀਂ ਬਹਿ ਜਾਣਾ, ਵਪਾਰ ਕਰਨਾ। ਬਸ ਮਹਾਰਾਜ ਕਹਿੰਦੇ ਜੇ ਕੁਝ ਛੱਡਣਾ ਤੇ ਇਹਨਾਂ ਦੀ ਪਕੜ ਛੱਡਣੀ ਹੈ। ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬੱਚਿਆਂ 'ਚ ਨਹੀਂ ਰਹੇ, ਮਹਿਲਾਂ 'ਚ ਨਹੀਂ ਰਹੇ, ਸੁਖਮਾਣੀਆਂ 'ਚ ਨਹੀਂ ਰਹੇ, ਪਕੜ ਛੱਡੀ ਹੋਈ ਸੀ। ਬਸ ਆਖੋ ਸਤਨਾਮ। ਜੇ ਆਨੰਦਪੁਰੀ ਛੱਡਣਾ ਪਿਆ ਤੇ ਮਿੰਟ 'ਚ ਛੱਡ, ਜੇ ਪੁੱਤਰ ਵਾਰਨੇ ਪਏ ਤੇ ਮਿੰਟ 'ਚ ਵਾਰ, ਪਕੜ ਦੀ ਸਵਾ ਲੱਖ ਦੀ ਚੰਦਨ ਦੀ ਚੌਂਕੀ ਤੇ ਆਪਣੇ ਚਰਨ ਮੁਬਾਰਕ ਰੱਖਦੇ ਪਏ ਨੇ, ਸਵਾ ਲੱਖ ਦੀ ਚੰਦਨ ਦੀ ਚੌਂਕੀ, ਸਵਾ ਲੱਖ ਦਾ ਪ੍ਰਸ਼ਾਦੀ ਹਾਥੀ ਮਹਾਰਾਜ ਦੇ ਉੱਪਰ ਚੋਰ ਸਾਫ ਕਰਦਾ, ਉਦੋਂ ਵੀ ਸੀ ਸ਼ੁਕਰਾਨੇ 'ਚ ਸੀ। ਮਾਛੀਵਾੜੇ ਦਾ ਜੰਗਲ ਹੈ, ਭੀਮ ਦਾ ਸਰਾਣਾ ਲਿਆ ਹੋਇਆ ਸਤਸੰਗ ਜੀ, ਜਾਮਾ ਲੀਰੋ ਲੀਰ ਹੋਇਆ ਪਿਆ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਤਾਜ, ਉਦੋਂ ਵੀ ਸੀ ਸ਼ੁਕਰਾਨੇ 'ਚ ਹੈ। ਆਖੋ ਸਤਨਾਮ। ਉਦੋਂ ਵੀ ਸੀ ਸ਼ੁਕਰਾਨੇ 'ਚ, ਪਕੜ ਨਹੀਂ ਰਹੇ, ਸਭ ਵਿੱਚ ਗ੍ਰਸਤ ਵਿੱਚ ਰਹੇ ਨੇ ਮਹਾਰਾਜ, ਗ੍ਰਸਤ ਦੀਆਂ ਜ਼ਿੰਮੇਵਾਰੀਆਂ 'ਚ ਰਹੇ ਨੇ ਮਹਾਰਾਜ, ਇਸ ਸੰਸਾਰਕ ਮਾਇਆ 'ਚ ਰਹੇ ਨੇ ਮਹਾਰਾਜ, ਪਰ ਪਕੜ ਮਹਾਰਾਜ ਨੇ ਬਸ ਆਹ ਚੀਜ਼ ਸਾਨੂੰ ਸਮਝਾਈ ਹੈ, ਪਕੜ। ਅਸੀਂ ਪਕੜ ਕੇ ਬਹਿ ਗਏ ਹਾਂ। ਆਖੋ ਸਤਨਾਮ। ਪਕੜ ਕੇ ਬਹਿ ਗਏ, ਜਿੰਨਾ ਪਕੜਦੇ ਜਾਵਾਂਗੇ ਉਨਾ ਲਿਪਟਦੇ ਜਾਵਾਂਗੇ। ਸਾਹਿਬ ਕਹਿੰਦੇ ਨੇ ਹਰ ਬਿਨ ਤੇਰੋ ਕੋ ਨਾ ਸਹਾਈ। ਬਸ ਇਹ ਚੀਜ਼ ਪੱਲੇ ਬੰਨ ਲਈਏ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਨ। ਜਿਹਨੂੰ ਛੱਡਣਾ ਸੀ ਉਹ ਮੈਂ ਸਥਿਰ ਕਰਕੇ ਮੰਨ ਲਿਆ, ਮੇਰੇ ਮਹਿਲ, ਮੇਰੀਆਂ ਮਾੜੀਆਂ, ਮੇਰੀਆਂ ਕੋਠੀਆਂ, ਮੇਰੀਆਂ ਗੱਡੀਆਂ, ਜਿਹਨੂੰ ਮੈਂ ਛੱਡ ਕੇ ਜਾਣਾ, ਮੇਰੀ ਘਰਵਾਲੀ, ਮੇਰੀ ਮਾਤਾ, ਮੇਰਾ ਪਰਿਵਾਰ, ਮੇਰਾ ਕੁਟੁੰਬ, ਮੇਰੇ ਰਿਸ਼ਤੇਦਾਰ, ਜਿਹਨੂੰ ਮੈਂ ਛੱਡ ਕੇ ਜਾਣਾ, ਸਭ ਕੁਝ ਮੈਂ ਛੱਡ ਕੇ ਜਾਣਾ। ਜੋ ਛੱਡਣਾ ਮੇਰਾ ਗੁਨਾਹ ਕੀ ਹੈ, ਸੋ ਅਸਥਿਰ ਕਰ ਮਨ। ਇਹ ਮੇਰੇ ਨਾਲ ਨੇ, ਮੇਰੇ ਨਾਲ ਨਿਭਣਗੇ। ਇਹਨਾਂ ਨਾਲ ਇੰਨਾ ਮੋਹ ਪਾਲ ਲਿਆ ਕਿ ਇੱਕ ਵਾਰੀ ਇਹਨਾਂ ਤੋਂ ਵਿਛੜਨ ਦੇ ਖਾਲੀ ਸੋਚ ਤੇ ਹੀ ਮੈਂ ਕੰਬ ਜਾਂਦਾ। ਆਖੋ ਸਤਨਾਮ। ਸੋਚ ਤੇ ਹੀ ਕੰਬ ਜਾਂਦਾ ਮਾਰੇ ਕਹਿੰਦੇ ਨਾ, ਜੋ ਛੱਡਣਾ ਸੋ ਅਸਥਿਰ ਕਰ ਮਾਨ, ਜੋ ਹੋਵਨ ਸੋ ਦੂਰ। ਜਿਹਦੇ ਨਾਲ ਨਿਬੜਾ ਉਹਨੂੰ ਦੂਰ ਕਰਕੇ ਰੱਖਿਆ,
कोई नहीं समा मिल जाएगा, जो समा मिलेगा जप लांगे। बड़ा समा पिया है, हड़ तां मसा कितें जवानी की उम्र आई, मसाले चार वाल चिट्टे होए ने किन नाम जो, हले बड़ा समा पिया, कोई नहीं जप लांगे। नहीं जपिया जाना, नहीं जपिया जाना, अज नहीं तो कदे भी नहीं, अज अज शुरू होने ही शुरू। जो छड़ना सो अस्थर करमाने, जो होवन सो दूर दूर पराने करे, छोड़ जाए तिसका श्रम करे। जिन्हें छड़ जाना उदे लई श्रम करदा, मेहनत करदा, पच्ची जांदा, पच्ची जांदा, खोतियां वांग पच्ची जांदा, पागला वांग पच्ची जांदा, पागल ही होया होया। छोड़ जाए तिसका श्रम करे, कने संग सहाई तिस, जिन्हें संग नहीं बड़ा सी उन्हों परे करके रखे, उतले पजी आई है, उदे लिए अमृत वेले उठे ही है, बंदगी कीती, माया लई तन पीड़ देगा, माया लई नींद वार देगा, माया लई सासन सब कुछ चलेगा शरीर ते, जे अमृत वेले दी बात आएगी फिर तन नहीं पीड़ेगा, फिर नहीं चलेगा पड़े ते, फिर कंफर्ट जोन लभेगा, मैनू कंफर्ट जोन मिल जाएगी। ते माया लई खोता बनिया फिरदा है, माया लई है पच्ची फिर पागल होया, कमला ही हो गया, परवाही नहीं करता शरीर दी, इन्नी मेहनत कितने रब वाले पासे कर लैंदा, ओए माया मगर नहीं, माया तेरे मगर मगर आंदी, आखो सतनाम, तू माया दे मगर नहीं। बंदिया तू माया पति दे मगर दौड़, माया तेरे मगर दौड़े, सिंपल जा लॉजिक। माया जिदी दासी है तू नू रिजाल है, तू दे मगर दौड़, माया तेरे मगर दौड़े, आपे दौड़े। पर हुंदा की ये सास संगे जी, जो छड़ना सो अस्थिर कर मान, जो होवन सो दूर पर, छोड़ जाए तिसका श्रम करे, संग सहाई तिस पर परे करके रखता। ताई ता धन गुरु तेग बहादुर साहब महाराज कहते, हर बिन तेरो को ना सहाई। सुन ले भाई, को ना सहाई। गुरु अर्जन देव महाराज क्लियर क्लियर सुखोनी साहब जी कहते, कहते जय मात पिता सुत मीत ना भाई, मन उहां नाम तेरे संग सहाई। बार बार ये पंक्तियां इत्थे सुनाया करो, मारिया करो अपने आप, सुनाया करो, बार बार रिपीट करिया करो, रिवाइज करिया करो, याद करिया करो। मन नाम निभे गई, मन ओहा नाम तेरे संग सहाई, जय महाभियान दूत जम दलै, दल दे दल तेरते जो घेरा पाणगे की करे, किने बचाणा। कहंदे तैं केवल, देयर इज नो सब्स्टिट्यूट ऑफ केवल, ओनली मीन्स ओनली। कर्मा वालेओ महाराज कहंदे ने, तैं केवल नाम संग तेरे, उते होर किने जाणे, किने जाणे। आ जिहड़ा तुसीं भजन कर रहे हो, ये कमाइया ने तुहाडियां, आ कमाइया ने, अरदास करिए सच्चे पातशाह कृपा करो, कृपा करो, गरीब निवाज रहिंदे स्वासां तक मैं आ कमाइया करदा रवां, को सतनाम। मेरी गरस्ती मेरे अमृत वेले दे च रोड़ा ना पावे, मेरी रिश्तेदारी मेरे अमृत वेले च रोड़ा ना पावे, मेरे बच्चे मेरे अमृत वेले च रोड़ा ना पावे। सारिया दी ड्यूटियां भुगतानियां ने, पर असली ड्यूटी जिहड़ी सी, जिहदे वास्ते आपां सत संगत जन्म धारिया है, वो ड्यूटी भी भुगतानी लाजमी जरूरी है।
छुटकारा नहीं है, छुटकारा नहीं। माघ का महीना चल रहा सी, जुड़ गए, माघ का महीना खत्म हो गया, टुट गए, यह तो रुती प्यार हो गया जी। आखो सतनाम। कल परसों मैं गुरमुख प्यारे बैठे, मैं मिले सामने बैठे, मैं कहते जी माघ के महीने करके मैं जुड़िया, एडा जरा बोलिया माघ 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 संसार, कहते माघ तो चला गया, हुण अरदास करो, हुण मैं ना टुटा। आखो सतनाम। माघ महीने दे जागण दा भला है, लाभ है, पर उदा भला लाभ ता सासंग जे ओ पूरा महीने तो बाद फिर पूरा साल तुरिया रवे। आखो सतनाम। पूरा साल तुरिया रवे। रुती प्यार कदा होया जी? अच्छा, कई रुती प्यार कितना गर्मी होएगी, जो ठीक मौसम शुरू हो गया, गर्मी आ गई उदो उठ गए, सर्दी आ गई दौड़ गए। आखो सतनाम। रुती प्यार नहीं, ऐदा नहीं। कदे तुसी इतना होया गर्मी च रोटी खाधी ते सर्दी च रोटी खानी छड्ड दित्ती, होया कदे? गर्मी सर्दी रोटी लाजमी है, खानी है। इदा ही गर्मी सर्दी नाम का भोजन खाना ही है। आखो सतनाम। भोजन खाना ही है नाम का, कोई नागा नहीं, कोई नागा नहीं अमृत वेले। इसलिए जेड़े माघ दे महीने च आए मुड़ वापस चले गए, भाई तुहाडे चरणां च बेनती है, माघ दे महीने दी बंदगी कीती, उहदा रिजल्ट ए निकलना चाहीदा सी कि अगले माघ तक जुड़े रहिंदे। आखो सतनाम। पूरा साल जुड़े रहिंदे ते अगली माघ दे महीने दे विच शुकराना करदे महाराज साल हो गया। आखो सतनाम। एक नागा भी नहीं पिया महाराज, तुसी सिर ते हाथ रख के सेवा लैंदे रहे, एदां अरदास करदे। पर यह चीज तां निभेगी, यह चीज तां होएगी जे मन नूं ए यकीन होएगा कि जिस शह दा मैं संग करना है वह शह सब तो कीमती, सब तो वड्डी है। प्रभ का सिमरन सब ते ऊंचा, सब तो वड्डा है, सब तो उच्चा है प्रभु का सिमरन। वो जिदा मैं संग कर रहा, मैं सब तो उच्चे का संग कर रहा, जिहड़ा उच्चे का संग करता है संग करके वो भी उच्चा ही हो जाता है। सतनाम। माण करियो, जरूर माण करियो अपने गुरु, अपने ते कदे ना माण। अमृत वेला जेड़ा ये संभाल रहे हो, मैनू बख्श लेना सात संगत, मैं गल बिल्कुल गुरु दे प्यार च कह रहे हो, हीरे वणज रहे हो तुसी। आखो सतनाम। हीरे वणज रहे हो। दस कई वारी गल कहिंदा, बहुत कोई सुखी होवे ना, बहुत सुखी होवे, बड़ा सुख माणदा पिया, आपां कहिंदे यार हीरे दान करके आया, पिछले चले हीरे दान करके आया ना, हुण हीरे कोई इतना दान कर सकदा? हीरे कोई दान कर सकदा? आ हीरे इकट्ठे कर रहे हो, यह सत्संग हीरिया का मुल पैना, यह हीरे एक एक स्वास हीरे की कीमत रखता पे। बल्कि मैं बार बार एक चीज को मैं सत्संग पकड़ के रखदा, हुण अगली पौड़ी आओ, हुण हुण अगे वधो, गड्डी कड़ी, अज दो शरीर ने लिया, होर तैयारियां करो, उन्होंने कहो अगे तैयार करो, जिवे जिवे नाम जपाओगे बड़ी बड़ी गुरु की खुशी पा लो, बड़ी गुरु की रहमत झोली छिपी।
अगे दी अगे लिंक भेजो, अगे दी अगे फोन करो, टुटे दा अमृत वेला बनाओ सासंग। हुण तुसी अपने ते झाती मार लो, तुसी भी तां किसी ना किसी नूं श्रेय देंदे हो ना कि मैनूं फलाणी ने जोड़िया सी, मैनूं फलाणे ने जोड़िया सी। अज तक उहनूं सीसां देंदे पए, आंदरां तों सीसां देंदे कि फलाणे करके मैं जुड़िया, उहने मैनूं मोटीवेट कीता, उहने मैनूं लिंक भेजिया। बड़े मैनूं कहिंदे उन्होंने लिंक भेजे, असी सुनना शुरू किया, बस उस दिन तो बाद फिर जुड़ते ही गए, जुड़ते ही गए। होंदा है ना इदां, तुसी अगे करो, सतगुरु जी दी खुशियां लो।